ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਸਵੈਮਾਨ ਸਿੰਘ ਪਖੋਕੇ। ਅੱਜ ਥੋੜ੍ਹਾ ਜਿਹਾ ਡਿਫਰੈਂਟ ਟੋਪਿਕ 'ਤੇ ਆਪਾਂ ਗੱਲਬਾਤ ਕਰਨੀ ਆ। ਜਿੱਦਾਂ ਕਿ ਤੁਹਾਨੂੰ ਪਤਾ, ਪਿਛਲੇ ਕੁਛ ਸਮੇਂ ਤੋਂ ਪੰਜਾਬ ਦਾ ਨਾਮ ਬਹੁਤ ਬਦਨਾਮ ਹੋਇਆ। ਜਦੋਂ ਵੀ ਕੋਈ ਗੱਲ ਪੰਜਾਬ ਦੀ ਕਰਦਾ, ਨਾਲ ਡਰੱਗਸ ਜੋੜ ਦਿੰਦੇ ਆ, ਕਹਿੰਦੇ ਸਾਡੇ ਯੂਥ ਜਿਹੜਾ ਉਹ ਖਰਾਬ ਹੋ ਗਿਆ। ਬਹੁਤ ਲੋਕ ਪੰਜਾਬ ਨੂੰ ਛੱਡ ਕੇ ਬਾਹਰਲੇ ਦੇਸ਼ਾਂ 'ਚ ਵੀ ਚਲੇ ਗਏ ਆ। ਪਰ ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਕਿ ਜਿਹੜੀ ਇੰਡੀਆ ਦੀ, ਜੇ ਇੰਡੀਆ ਦੀ ਐਜੂਕੇਸ਼ਨ ਸਿਸਟਮ ਸਦਾ ਹਿਸਟਰੀ ਵਿੱਚ ਟੋਪ 'ਤੇ ਰਿਹਾ, ਜਾਂ ਅਰਲੀਅਸਟ ਜਿਹੜੀ ਐਜੂਕੇਸ਼ਨ ਆ ਉਹ ਇੰਡੀਆ ਦੇ ਵਿੱਚੋਂ ਨਿਕਲੀ ਆ, ਜਿਹੜਾ ਐਜੂਕੇਸ਼ਨ ਸ਼ੁਰੂਆਤ ਜਿਹੜੀ ਯੂਨੀਵਰਸਿਟੀ ਦੀ ਇੰਡੀਆ ਦੀ, ਉਹ ਪੰਜਾਬ ਦੇ ਵਿੱਚੋਂ ਹੋਈ ਸੀ। ਸੋ ਐਜੂਕੇਸ਼ਨ ਦੇ ਵਿੱਚ ਇੰਡੀਆ ਦੇ ਜਾਂ ਦੁਨੀਆ ਦੀ ਐਜੂਕੇਸ਼ਨ ਦੇ ਵਿੱਚ ਪੰਜਾਬ ਦਾ ਬਹੁਤ ਯੋਗਦਾਨ ਰਿਹਾ। ਅਤੇ ਸਾਡੇ ਗੁਰੂਆਂ ਦੀ ਸਾਨੂੰ ਦੇਣ ਆ ਉਹ ਆ ਖੇਡਾਂ। ਪਹਿਲਾਂ ਤਾਂ ਗੁਰਮੁਖੀ, ਜੇ ਸਾਡੇ ਦੂਜੇ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੀ ਜੇ ਦੇਣ ਸੀ ਖਡੂਰ ਸਾਹਿਬ ਵਿੱਚ, ਗੁਰਮੁਖੀ 'ਤੇ ਸਕੂਲ ਉਹਨਾਂ ਨੇ ਸ਼ੁਰੂ ਕੀਤੇ, ਨਾਲ ਉਹਨਾਂ ਨੇ ਮੱਲ ਅਖਾੜੇ ਵੀ ਸ਼ੁਰੂ ਕੀਤੇ। ਉਹਨਾਂ ਦੀ ਉਹ ਸੋਚ ਸੀ ਕਿ ਸਾਡੀ ਜਿਹੜੀ ਯੂਥ ਆ, ਜਿਹੜੇ ਸਾਡੀ ਜਵਾਨੀ ਆ, ਜਿਹੜੇ ਸਾਡੇ ਲੋਕ ਆ, ਜੇ ਅਸੀਂ, ਸਾਨੂੰ ਉਹਨਾਂ ਦਾ ਫਿਰ ਦਿਮਾਗ ਵਧੀਆ ਚਾਹੀਦਾ, ਜੇ ਸਾਨੂੰ ਉਹ ਤਾਕਤਵਰ ਚਾਹੀਦੇ ਆ, ਜੇ ਸਾਨੂੰ ਉਹ ਹਰ ਇੱਕ ਮੁਕਾਮ ਵਿੱਚ ਅੱਗੇ ਚਾਹੀਦੇ ਆ, ਅਤੇ ਸਾਨੂੰ ਉਹਨਾਂ ਦੀ ਜਿਹੜੀ ਪੜ੍ਹਾਈ ਆ, ਉਹਨਾਂ ਦੀ ਜਿਹੜੀ ਸਪੋਰਟਸ ਆ, ਦੋਵੇਂ ਹੀ ਉੱਪਰ ਰੱਖਣੀਆਂ ਪੈਣਗੀਆਂ। ਅਤੇ ਜਿਹੜੀ ਭਲਵਾਨੀ ਆ, ਖਾਸ ਕਰਕੇ ਮੱਲ ਅਖਾੜੇ ਜਿਹੜੇ ਸ਼ੁਰੂ ਕੀਤੇ, ਉਹ ਸਾਡੇ ਗੁਰੂਆਂ ਦੀ ਪਿਆਰੀ ਖੇਡ ਆ। ਅਤੇ ਕਿਤੇ ਨਾ ਕਿਤੇ ਅਸੀਂ ਉਹ ਚੀਜ਼ ਨੂੰ ਪਰੇ ਕਰ ਰਹੇ ਹਾਂ, ਪਿੱਛੇ ਛੱਡ ਰਹੇ ਹਾਂ। ਹੋ ਸਕਦਾ ਇਹਨਾਂ ਚੀਜ਼ਾਂ ਵਿੱਚ ਕੋਈ ਸਾਡੀਆਂ ਮਜਬੂਰੀਆਂ ਹੋਣ। ਹੁਣ ਜਿੱਦਾਂ ਕਿ ਇੰਡੀਆ ਦੀ ਜੇ ਲਿਟਰੇਸੀ ਰੇਟ ਆ, ਅਸੀਂ ਆਲਮੋਸਟ 150 ਨੰਬਰ 'ਤੇ ਰੈਂਕ ਕਰ ਰਹੇ ਹਾਂ ਦੁਨੀਆ 'ਚ। ਜਿਹੜੀ ਸਾਡੀ ਐਜੂਕੇਸ਼ਨ ਸਿਸਟਮ ਇਸ ਵੇਲੇ ਪੂਰਾ ਬੇੜਾ ਗਰਕ ਹੋ ਗਿਆ। ਪੰਜਾਬ ਦੇ ਜੇ ਅਸੀਂ ਪਿੰਡਾਂ ਦੀ ਐਜੂਕੇਸ਼ਨ ਦੀ ਗੱਲ ਕਰੀਏ, ਅਤੇ ਜੇ ਪਿੱਛੇ ਜੇ UNO ਵੱਲੋਂ ਗਲੋਬਲ ਹੰਗਰ ਇੰਡੈਕਸ ਨਿਕਲੀ ਸੀ, ਜਿਹਦੇ ਵਿੱਚ ਇੰਡੀਆ ਦਾ ਰੈਂਕ 117 ਦੇਸ਼ਾਂ ਦੇ ਵਿੱਚੋਂ 104 ਨੰਬਰ 'ਤੇ, ਮਤਲਬ ਘਟੀਆ ਰੈਂਕਿੰਗ ਉਹਨੂੰ ਦਿੱਤੀ। ਆਲਮੋਸਟ ਇੱਕ ਹਿਸਾਬ ਦਾ ਸਾਡੇ ਇੱਥੇ ਹੰਗਰ ਦੀ ਬਹੁਤ ਜ਼ਿਆਦਾ ਵੱਡੀ ਬਿਮਾਰੀ ਆ। ਹੁਣ ਤੁਸੀਂ ਆਪੇ ਸੋਚੋਗੇ ਕਿ ਜਿਹੜੇ ਗਰੀਬ ਲੋਕ ਨੇ, ਤੁਸੀਂ ਕਈ ਲੋਕ, ਮੈਂ ਅਕਸਰ ਸੁਣਦਾ ਕਿ ਜਿਹੜਾ ਗਰੀਬ ਆ ਜੀ, ਉਹ ਇੱਧਰ ਇੱਕੋ ਹੀ ਕੰਮ ਕਰੇ, ਪੜ੍ਹਾਈ ਕਰੇ, ਜਾਂ ਉਹ ਅੱਗੇ ਐਸੀਆਂ ਚੀਜ਼ਾਂ ਵਿੱਚ ਉਹ ਖੇਡਾਂ ਕਿਉਂ ਕਰੇ। ਮੈਂ ਫਿਰ ਉਹ ਗੱਲ 'ਤੇ ਆਉਂਦਾ ਕਿ ਇਹ ਸਾਡੇ ਗੁਰੂਆਂ ਦੀ ਦੇਣ ਆ ਸਾਨੂੰ। ਪੜ੍ਹਾਈ ਵੀ ਆ, ਪਰ ਜਿਹੜੀਆਂ ਖੇਡ ਆ, ਜਿਹੜੀ ਜੇ ਅਸੀਂ ਤੰਦਰੁਸਤ ਜ਼ਿੰਦਗੀ ਜੀਣੀ ਆ, ਭਾਵੇਂ ਉਹ ਗਰੀਬ ਆ, ਅਮੀਰ ਆ, ਹਰ ਇੱਕ ਨੂੰ ਆਪਣੀ ਓਪਰਚੁਨਿਟੀ ਮਿਲਣੀ ਚਾਹੀਦੀ ਆ। ਸੋ ਇਹਨਾਂ ਸਾਰੀਆਂ ਗੱਲਾਂ ਦੇ ਉੱਪਰ ਅੱਜ ਅਸੀਂ ਚਰਚਾ ਕਰਾਂਗੇ। ਸਾਡੇ ਸਪੈਸ਼ਲ ਗੈਸਟ ਨੇ ਸਾਡੇ ਨਾਲ, ਬੜੇ ਹੀ ਰਿਸਪੈਕਟ ਦੇ ਨਾਲ ਮੈਂ ਇਹਨਾਂ ਨੂੰ ਇੰਟਰੋਡਿਊਸ ਕਰਦਾ। ਕਰਤਾਰ ਭਲਵਾਨ ਜੀ, ਜਿਹੜੇ ਕਿ ਕਾਮਨਵੈਲਥ ਗੇਮਸ ਦੇ ਚੈਂਪੀਅਨ ਰਹੇ ਨੇ, ਏਸ਼ੀਅਨ ਗੇਮਸ ਦੇ ਗੋਲਡ ਮੈਡਲਿਸਟ ਰਹੇ ਨੇ, ਉਹ ਕਿਹੜੀ ਵੱਡੀ ਇਵੈਂਟ ਆ ਜਿੱਥੇ, ਜਿਹਦੇ ਵਿੱਚ ਇਹਨਾਂ ਦੀ ਪਾਰਟੀਸੀਪੇਸ਼ਨ ਨਹੀਂ ਰਹੀ। ਨਾਲ ਦੀ ਨਾਲ IG ਆਪਣੇ ਪੰਜਾਬ ਪੁਲਿਸ ਦੇ ਵਿੱਚ ਹਾਈਐਸਟ ਮੁਕਾਮ 'ਤੇ ਰਿਟਾਇਰ ਹੋਏ ਨੇ। ਫਿਰ ਉਸ ਤੋਂ ਬਾਅਦ ਡਾਇਰੈਕਟਰ ਜਨਰਲ ਆਪਣੇ, ਜਿਹੜੇ ਡਾਇਰੈਕਟਰ ਆਫ ਸਪੋਰਟਸ ਵੀ ਰਹੇ ਨੇ। ਅਤੇ ਅੱਜ ਉਹਨਾਂ ਸਾਰੀਆਂ ਚੀਜ਼ਾਂ ਉੱਪਰ ਕੀ ਉਹ ਪ੍ਰੋਬਲਮਸ ਨੇ ਜਿਹੜੀਆਂ ਕਿ ਪੰਜਾਬ ਜਿਹਨਾਂ ਤੋਂ ਸਫ਼ਰ ਕਰ ਰਿਹਾ, ਅਤੇ ਕਿਹੜੀਆਂ ਚੀਜ਼ਾਂ ਨੇ ਜਿਹਨਾਂ ਦੇ ਉੱਪਰ ਇਹਨਾਂ ਨੇ ਕੰਮ ਕੀਤਾ, ਜਾਂ ਫਿਊਚਰ ਵਿੱਚ ਜਿਹੜੀਆਂ ਚੀਜ਼ਾਂ ਦੇ ਉੱਪਰ ਇਹ ਕੰਮ ਕਰਨਾ ਚਾਹੁੰਦੇ ਨੇ। ਵੈਲਕਮ ਭਲਵਾਨ ਜੀ। ਮੇਰੇ ਵੱਲੋਂ ਸਾਰੇ ਜਸਟ TV ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਔਰ ਮੈਨੂੰ ਬੜੀ ਖੁਸ਼ੀ ਆ ਕਿ ਤੁਸੀਂ ਅੱਜ ਮੈਨੂੰ ਸਾਰੇ ਦਰਸ਼ਕਾਂ ਦੇ, ਦੋਸਤਾਂ ਮਿੱਤਰਾਂ ਦੇ, ਪ੍ਰਵਾਸੀ ਵੀਰਾਂ ਨਾਲ ਰੂਬਰੂ ਕਰਾ ਰਹੇ ਹੋ। ਬਹੁਤ ਬਹੁਤ ਸ਼ੁਕਰੀਆ। ਠੀਕ ਆ, ਮੈਂ ਪਹਿਲਾਂ ਸਾਰਿਆਂ ਨੂੰ ਦੱਸਦਾ ਕਿ ਭਲਵਾਨ ਜੀ ਨਾਲ ਸਾਡਾ ਬਹੁਤ ਹੀ ਪੁਰਾਣਾ ਨਾਤਾ, ਅਸੀਂ ਵੀ ਪਿੰਡ ਪੱਖੋਕੇ ਤੋਂ ਮਜਾਇਆ ਲਿਆ, ਅਤੇ ਭਲਵਾਨ ਜੀ ਵੀ ਸੁਰ ਸਿੰਘ ਤੋਂ ਆ, ਅਤੇ ਬੱਚਾ ਉਸ ਏਰੀਆ 'ਚ ਜਿਹੜਾ ਭਲਵਾਨੀ ਨੂੰ ਪਿਆਰ ਕਰਦਾ, ਸਪੋਰਟਸ ਨੂੰ ਪੂਰਾ ਪਿਆਰ ਕਰਦਾ, ਉਹ ਭਲਵਾਨ ਜੀ ਦਾ ਨਾਮ ਲੈਂਦਾ। ਔਰ ਨਾਟ ਜਸਟ ਕਿ ਇੱਕ ਖਿਡਾਰੀ ਦੇ ਕਰਕੇ, ਕਿਉਂਕਿ ਇੱਕ ਸਾਫ਼ ਦਿਲ ਇਨਸਾਨ ਕਰਕੇ, ਜਿਹੜਾ ਸਦਾ ਹੀ ਨਿਆਣੇ ਨੂੰ ਕਹਿੰਦਾ ਬਈ ਚਲੋ ਚੰਗੇ ਕੰਮ ਕਰੋ। ਸੋ ਭਲਵਾਨ ਜੀ, ਤੁਸੀਂ ਆਪਣੇ ਟਾਈਮ 'ਤੇ ਚੈਂਪੀਅਨ ਰਹੇ ਜੋ, ਹਜੇ ਵੀ ਚੈਂਪੀਅਨ ਜੋ, ਅਤੇ ਤੁਸੀਂ ਥੋੜ੍ਹਾ ਜਿਹਾ ਆਪਣੀ ਸਟਰਗਲਸ ਬਾਰੇ ਦੱਸੋ, ਕਿਉਂਕਿ ਲੋਕਾਂ ਨੂੰ ਲੱਗਦਾ ਸ਼ਾਇਦ ਤੁਸੀਂ ਹਵਾ 'ਚ ਕਹਿ ਲਓ ਕਿ ਅਮੀਰ ਪਰਿਵਾਰ 'ਚੋਂ ਤੁਹਾਨੂੰ ਸਭ ਕੁਝ ਮਿਲਿਆ ਅਤੇ ਤੁਸੀਂ ਚੈਂਪੀਅਨ ਬਣ ਗਏ, ਥੋੜ੍ਹਾ ਜਿਹਾ ਆਪਣੀ ਸਟਰਗਲਸ ਬਾਰੇ ਦੱਸੋ। ਬਿਲਕੁਲ ਜੀ, ਮਿਲਿਆ ਤਾਂ ਇੱਦਾਂ ਹੀ ਆ ਮੇਰੀ ਲਾਈਫ 'ਤੇ, ਬਹੁਤ ਵਧੀਆ, ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਮੈਂ ਤਾਂ, ਲੇਕਿਨ ਮੈਂ ਮੇਰੀ ਪੈਦਾਇਸ਼ ਹੀ ਇਸ ਪਿੰਡ ਦੀ, ਜਿੱਥੇ ਬੜੇ ਬੜੇ ਯੋਧੇ ਪੈਦਾ ਹੋਏ ਆ, ਬੜੇ ਬੜੇ ਸੂਰਬੀਰ ਪੈਦਾ ਹੋਏ ਆ ਸੁਰ ਸਿੰਘ ਦੇ ਵਿੱਚ, ਅਤੇ ਬਾਬਾ ਵਿਧੀ ਚੰਦੀਏ ਉੱਥੇ, ਜਿਹੜੇ ਬਾਬਾ ਸੋਹਣ ਸਿੰਘ ਜੀ ਉਹਨਾਂ ਦਾ ਆਸ਼ੀਰਵਾਦ ਆ, ਕਿ ਔਰ ਉਹ ਮੈਨੂੰ ਛੋਟੇ ਹੁੰਦਿਆਂ ਹੀ ਮੇਥੋਂ ਵੱਡੇ ਗੁਰਚਰਨ ਸਿੰਘ ਉਹਨਾਂ ਨੂੰ ਪਾੜਾ ਕਹਿਣਾ, ਅਤੇ ਮੈਨੂੰ ਭਲਵਾਨਾ ਕਰਕੇ ਸੰਬੋਧਨ ਕੀਤਾ ਉਹਨਾਂ ਨੇ, ਅਤੇ ਉਹਨਾਂ ਦੇ ਮੁਖਾਰਬਿੰਦ ਤੋਂ ਵਾਕ ਨਿਕਲੇ ਹੋਏ ਪੂਰੇ ਹੋ ਰਹੇ ਆ।
और उसके नाल नाल जो मैं शुरुआत मेरी पिंड तो ही हुई उड़े पिंड ही खड़ा सी साढ़े मेरे ताया जी के बेटे वो पहलवानी करते उत्थे साढ़े मेरे बड़े भाई साहब अमर सिंह वो भी पहलवानी करते होर पिंड के बच्चे पहलवानी करते अभी भी उन्होंने उदो मैं पंजवीं क्लास पढ़ता रहा हाँ तो असी भी मेरे गुरचरण सिंह जेडे वे भाई साहब उन्होंने गुत्थम गुत्था होंगे रहना लेकिन इन्ना रुझान नहीं सी अजे बड़े ही करते और मैं नवीं क्लास पढ़ता ही तो उदों साढ़े स्कूलों दिया डिवीज अपनी कुश्तियाँ हुई तहसील दियाँ तहसील चो फस्ट आ गया डिस्ट्रिक्ट फस्ट आ गया फिर उस तो बाद छह जिले दियाँ कुश्तियाँ हुई डिवीजन दियाँ उतों ही फस्ट आ गया तो फिर उतों फिर पूरे पंजाब दियाँ कुश्तियाँ जलंधर विखे ही हुई इतों ही फस्ट आ गया और त्रिविंद्रम साड़ी नैशनल चैंपियनशिप हुई ही जी सारे गेम्स हुए स्कूलों के उत्थे जाके उत्थे भी साड़ी टीम फस्ट आई पूरी तो वह सानू यहोजी अपरचुनिटी मिली कि अं उतों सा जो मैं वापस आया पिंड आलिया ने स्कूल के प्रेयर के टाइम खड़े करके बड़ा स्वागत मान तान किया और स्कूल के बच्चों छुट्टियां भी दतिया दो दो तीन तीन के करतार फस्ट आया तो मेरा माहौल होर तरह का बनया कि बड़ा खुशी महसूस हुई सारे बच्चों भी हुई तो मैनू भी होनी सी भी मैं इंडिया च फस्ट आया तो मैनू मान तान करके ही इन्होंने सारा कुछ ऑनर किया तो उस तो बाद जो चल सौ चल ही रहा फिर मैं पहला नैशनल 1972-73 के बंबे हुई उत्थे भी फस्ट आया उस तो बाद यूनिवर्सिटी इंटरवर्सिटी तो 1973 मास्को जिहड़ा मेरा पहला टूर सी वर्ल्ड यूनिवर्सिटी मास्को ही उत्थे भी मैं सिलेक्ट हो गया 10 वेट कैटागरी ही लेकिन 5 उत्थे जानिया सी 5 दे विच मेरा भी नंबर आया तो कारण क्यों आया की आया मैं तो एक पिंड चों गया सी लेकिन मेरी कुश्ती एक मुरारी लाल पहलवान सी उस टाइम का रुस्तमी भारत कुमार ही उहदे नाल कुश्ती मेरी सवेर के टाइम क्यों उहदा 82 किलो वजन ही मेरा 74 किलो वजन ही तो मेरे वजन च घटा के आ गया तो उहदे नाल कुश्ती हुई मेरी और सवेर के टाइम बराबर रही उन्होंने सोचा शाम को फिर दोबारा कुश्ती कराई तो मेरी कुश्ती मैं उन्हें जित गया तो मैं वो अपरचुनिटी मिली मैं उत्थे मास्को पहुँच गया मास्को मैं वेख्या बहुत वड्डे वड्डे पहलवान गोरे काले होर तरह के लड़ते तो मेरा मेरा शुरुआत मेरी उत्थे ही तो तुहानू की लगता पहलवान जी जे उस टाइम पर जो 84 का दौर ही उदों भी तुसीं एशियन गेम्स खेड आए ओलंपिक्स खेड आए उदों जे हुण अज पिंडा च कोई चैंपियन बनना चाहुंदा होवे कोई करतार पहलवान बनना चाहुंदा होवे साढ़े पिंड तों भावें कोई बनना चाहुंदा होवे तुहानूं की लगदा जिहड़ी अपरचुनिटी तुहाडे कोल सी तुहाडे कोल ज्यादा अपरचुनिटी है कि अज जिहड़ा पहलवान पंजाब च उठना चाहुंदा उहदे कोल ज्यादा अपरचुनिटीज़ ने अपरचुनिटियां ते टाइम टू टाइम वधदियां दिंदियां आ कंपीटीशन वी इदां दा सिस्टम आ उदों असीं पिंड चों ही करदे सी फिर अजे सानूं उदों ना रसलिंग मैट ही सी पंजाब च तो कि हिंदुस्तान 1975 गुरु हनुमान जी ने मैट वो भी धरना रख के लिया मतलब क्या भी इनू सू रसलिंग मैट की बड़ी जरूरत है वो बगैर साडा गुजारा नहीं हो सकता तो इस करके उदों यहोजियां सहूलत नहीं सी होंदियां उस तो बाद हौली हौली हिंदुस्तान ने 82 के एशियन गेम्स होए उदों इंफ्रास्ट्रक्चर आया उदों होर भी इतने कैंप लगे जो घर च विआह होवे ना उदों ही आप सारा कुछ बनाईदा आ सारा कुछ नवे पैसे खर्चे करीदे आ स्टेडियम बन गए इक्विपमेंट आ गया डाइट वध गई माहौल बन गया तो उदों बाद फिर हुण जिहड़ी आ पहलवानी हुण साडी 1908 सुशील का मैडल आया 52 साल बाद मैडल आया सी तो उस तो पहला सिर्फ पार्टीसपेशन करने लिए जाते ओलंपिक दे 2008 दे मैडल आना तो फिर उस बाद अं मैडल जितने लिए जान लगे मैडल जितते फिर लंडन ओलंपिक दे एक ब्रोंज जोगेश्वर दादा तो सुशील का सिल्वर आया हुण असीं गोल्ड जितने लिए जाने हुण साडियां ये कल्ली रसलिंग ही नहीं सारिया बॉक्सिंग भी उस टाइम ब्रोंज मैडल आई बजिंदर दी आया वजन होर कई शूटिंग चाहे मैडल हुण अं
ਅਸੀਂ ਹੁਣ ਮੈਡਲ ਜਿੱਤਣ ਲਈ ਜਾਂਦੇ ਹਾਂ, ਨਾ ਕਿ ਅਸੀਂ ਪਾਰਟੀਸਪੇਸ਼ਨ ਕਰਨ ਲਈ। ਅਤੇ ਉਹ ਜੀ ਉੱਦਾਂ ਦੀ ਫੈਸਿਲਿਟੀ ਮਿਲਣ ਲੱਗ ਗਈ ਉੱਪਰ ਲੈਵਲ 'ਤੇ। ਮੈਂ ਤੁਹਾਨੂੰ ਉੱਪਰ ਲੈਵਲ 'ਤੇ ਹਿੰਦੁਸਤਾਨ ਦੇ ਜੋ ਨੈਸ਼ਨਲ ਲੈਵਲ ਦੇ ਕੈਂਪ ਲੱਗਦੇ ਆ ਉੱਥੇ ਡਾਇਟ ਵਧੀਆ, ਡਾਇਟੀਸ਼ੀਅਨ ਆ, ਫਿਜੀਓਥਰਾਪਰ ਆ, ਹਰ ਤਰ੍ਹਾਂ ਦੀ ਫੈਸਿਲਿਟੀ ਮਿਲਦੀ ਆ ਜੋ ਓਲੰਪਿਕ ਲੈਵਲ ਮਿਲਣੀ ਚਾਹੀਦੀ ਆ। ਚੰਗੇ ਕੋਚਿਸ ਆ, ਜਾਂ ਕਈ ਅਸੀਂ ਫੋਰਨਰ ਤੋਂ ਵੀ ਕੋਚ ਮੰਗਾਉਂਦੇ ਹਾਂ, ਕਿਉਂਕਿ ਅੱਜ ਕੱਲ੍ਹ ਬੜੀ ਐਡਵਾਂਸ ਟੈਕਨੀਕ ਹੋ ਗਈ ਆ। ਇਸ ਕਰਕੇ ਸਾਨੂੰ ਹਰ ਉਪਰਾਲੇ ਕਰ ਰਹੇ ਹਾਂ। ਅਤੇ ਸਾਡਾ ਜਿਹੜਾ ਹਿੰਦੁਸਤਾਨ ਆ ਬਿਲਕੁਲ ਗੋਲਡ ਦੇ ਲਾਗੇ ਆ। ਗੋਲਡ ਅਸੀਂ ਹੁਣ ਮੈਂ ਤੁਹਾਨੂੰ ਦੱਸਿਆ ਵੀ ਜਾਂਦੇ ਹੀ ਗੋਲਡ ਜਿੱਤਣੇ ਆ। ਤੁਹਾਨੂੰ ਦੇਖੋ ਇਹ ਵਾਲੀ ਓਲੰਪਿਕ 'ਚ ਤਾਂ ਕੀ ਹੁੰਦਾ ਹੈ ਭਲਵਾਨ ਜੀ। ਪਰ ਬੜਾ ਅਫਸੋਸ ਹੁੰਦਾ ਜਦੋਂ ਅਸੀਂ ਓਲੰਪਿਕਸ ਦੀ ਗੱਲ ਕਰਦੇ ਹਾਂ ਕਿ ਕਿਊਬਾ ਦੇ ਮੈਡਲ ਗੋਲਡ ਮੈਡਲ ਇੰਡੀਆ ਤੋਂ ਵੱਧ ਹੁੰਦੇ ਆ। ਕਿਊਬਾ ਦਾ ਹੁਣ ਤੁਸੀਂ ਸਾਈਜ਼ ਵੇਖ ਲਓ, ਅਤੇ ਫਿਰ ਨਾ ਲੋਕ ਕਿਤੇ ਨਾ ਕਿਤੇ ਲੋਕਾਂ ਨੂੰ ਬਲੇਮ ਕਰਦੇ ਆ, ਵੇਖੋ ਲੋਕ ਇੰਨੇ ਹਿੰਦੁਸਤਾਨੀ ਬਿਲੀਅਨ ਹਿੰਦੁਸਤਾਨੀ ਦੇ ਇੱਕ ਮੈਡਲ ਨਹੀਂ ਜਿੱਤ ਸਕਦੇ ਉਹ। ਫਿਰ ਮੈਂ ਫਿਰ ਉਹ ਗੱਲ 'ਤੇ ਆ ਜਾਂਦਾ ਕਿ ਠੀਕ ਆ, ਤੁਹਾਡੀ ਗੱਲ ਸਹੀ ਆ ਕਿ ਇੱਕ ਲੈਵਲ ਤੱਕ ਮੈਟਸ ਆ, ਸਭ ਕੁਝ ਆ, ਉੱਪਰਲਿਆਂ ਨੂੰ ਖੁਰਾਕਾਂ ਮਿਲਦੀਆਂ। ਪਰ ਜਦੋਂ ਮੈਂ ਆਪਣੇ ਪਿੰਡ ਵਿੱਚ ਆ ਜਾਂਦਾ, ਜਦੋਂ ਮੈਂ ਆਪਣੇ ਹਲਕੇ 'ਚ ਆ ਜਾਂਦਾ, ਜਦੋਂ ਮੈਂ ਉਹਨਾਂ ਵੱਲ ਵੇਖਦਾ ਕਿ ਉਹਨਾਂ ਕੋਲ ਹੁਣ ਸਾਡੇ ਅਖਾੜੇ 'ਚ ਮੈਟ ਹੈਗਾ ਜ਼ਰੂਰ, ਪਰ ਕਿੰਨੇ ਕੁ ਉਹ ਹੁਣ ਅਸੀਂ ਅਮੈਰੀਕਾ 'ਚ ਗਰੋ ਅਪ ਕੀਤੇ ਹਾਂ, ਉੱਥੇ ਅਸੀਂ ਵੀ ਰੈਸਲਿੰਗ ਕੀਤੀ ਆ, ਮੈਂ ਆਪ ਰੈਸਲਿੰਗ ਕਰਦਾ ਰਿਹਾ। ਅਤੇ ਜਿਹੜੀ ਓਪਰਚੁਨਿਟੀ ਉੱਥੇ ਆ, ਹਰ ਇੱਕ ਸ਼ਹਿਰ ਵਿੱਚ, ਹਰ ਇੱਕ ਹਾਈ ਸਕੂਲ ਵਿੱਚ, ਹਰ ਇੱਕ ਸਪੋਰਟਸ ਖੇਡੀ ਜਾਂਦੀ ਜਿਹੜੀ ਓਲੰਪਿਕਸ ਦੀ ਆ, ਪਰ ਇੰਡੀਆ ਵਿੱਚ ਇਹ ਚੀਜ਼ ਨਹੀਂ ਆ। ਪਿੰਡਾਂ 'ਚ ਉਹ ਅਵੇਲੇਬਿਲਟੀ ਨਹੀਂ ਹੈਗੀ ਲੋਕਾਂ ਕੋਲ, ਮੈਟਸ ਦੀ ਅਵੇਲੇਬਿਲਟੀ ਨਹੀਂ ਹੈਗੀ। ਠੀਕ ਹੈ, ਇੱਕ ਹੱਦ ਤੱਕ ਜਾ ਕੇ ਉਹਨਾਂ ਕੋਲ ਸਭ ਕੁਝ ਹੁੰਦਾ, ਪਰ ਜੇ ਅਸੀਂ ਆਪਣੀ ਜਿਹੜੀ ਪਨੀਰੀ ਆ ਉਹ ਹੀ ਸਾਡੀ ਅਸੀਂ ਆਪਾਂ ਉਹਨੂੰ ਨਹੀਂ ਵਧੀਆ ਬਣਾ ਸਕੇ ਤਾਂ ਉਹ ਅੱਗੇ ਕਿੱਦਾਂ ਪਹੁੰਚਣਗੇ। ਬਿਲਕੁਲ ਜੀ, ਪੰਜਾਬ 'ਚ ਮੈਂ ਹਮੇਸ਼ਾ ਹੀ ਕਹਿੰਦਾ ਰਿਹਾ ਹਾਂ ਕਿ ਜਦੋਂ ਮੈਂ ਡਾਇਰੈਕਟਰ ਸਪੋਰਟਸ ਸੀ ਉਸ ਟਾਈਮ ਵੀ ਸਾਡਾ ਮਾਹੌਲ ਹੀ ਨਹੀਂ ਬਣ ਸਕਿਆ। ਉਸ ਟਾਈਮ ਪਹਿਲਾਂ 84 ਤੋਂ ਲੈ ਕੇ ਰੌਲਾ ਗੋਲਾ ਚੱਲਦਾ ਰਿਹਾ, ਅੱਤਵਾਦ ਦੇ ਦੌਰਾਨ ਵੀ ਸਾਨੂੰ ਨੁਕਸਾਨ ਹੋਇਆ, ਕਿਉਂਕਿ ਜਦੋਂ ਤੁਹਾਡਾ ਪਰਿਵਾਰ ਸੌਖਾ ਨਹੀਂ ਗਾ, ਖੁਸ਼ ਨਹੀਂ ਗਾ, ਅਤੇ ਤੁਸੀਂ ਘਰ ਦੇ ਵਿੱਚ ਉਹੋ ਜਿਹਾ ਮਾਹੌਲ ਨਹੀਂ ਬਣਦਾ ਕਿ ਅਸੀਂ ਮਿਹਨਤਾਂ ਕਰ ਸਕੀਏ ਜਾਂ ਕੋਈ ਇੱਦਾਂ ਦੀ ਗੱਲ ਹੋ ਸਕੇ, ਇਹਦੇ ਨਾਲ ਵੀ ਸਾਨੂੰ ਨੁਕਸਾਨ ਹੋਇਆ। ਉਦੋਂ ਬਾਅਦ ਸਾਡੀ ਐਜੂਕੇਸ਼ਨ ਦਾ ਨੁਕਸਾਨ ਹੋਇਆ, ਉਦੋਂ ਬਾਅਦ ਸਾਡੇ ਪੰਜਾਬ ਦੇ ਵਿੱਚ ਨਸ਼ੇ ਵਾੜੇ ਜ਼ਰੂਰ, ਅਤੇ ਉਹਦੇ ਨਾਲ ਵੀ ਨੁਕਸਾਨ ਹੋਇਆ। ਲੇਕਿਨ ਉਹਦੇ ਬਾਵਜੂਦ ਵੀ ਸਾਨੂੰ ਜਿਹੜੀ ਮੇਨ ਨੁਕਸਾਨ ਜਿਹੜਾ ਹੋਇਆ, ਸਾਨੂੰ ਗੌਰਮੈਂਟਾਂ ਨੇ ਇਗਨੋਰ ਕੀਤਾ ਸਪੋਰਟਸ ਨੂੰ। ਉਹਨਾਂ ਨੂੰ ਜਿੱਦਾਂ ਤੁਸੀਂ ਕੋਈ ਸਿਰਫ ਇਕੁਪਮੈਂਟ ਦੇਣ ਨਾਲ ਬੈਟ ਦੇਣ ਨਾਲ ਗੁਜ਼ਾਰਾ ਨਹੀਂ ਹੁੰਦਾ। ਅਸੀਂ ਆਮ ਪਰਿਵਾਰਾਂ 'ਚ ਆਉਣੇ ਹਾਂ, ਸਾਨੂੰ ਉਹਦੇ ਲਈ ਸਾਨੂੰ ਜੋਬ ਚਾਹੀਦੀ ਆ, ਡਾਇਟ ਚਾਹੀਦੀ ਆ, ਸਾਨੂੰ ਹਰ ਫੈਸਿਲਿਟੀ ਚਾਹੀਦੀ ਆ, ਹਰ ਕੋਚਿਸ ਚਾਹੀਦੇ, ਕੋਚ ਚਾਹੀਦੇ ਆ, ਕਿਉਂਕਿ ਐਡਵਾਂਸ ਟੈਕਨੀਕ ਅੱਜ ਕੱਲ੍ਹ ਹੋ ਗਈ ਆ। ਸਾਨੂੰ ਨਵੇਂ ਕੋਚਾਂ ਤੋਂ ਬਗੈਰ, ਐਡਵਾਂਸ ਟ੍ਰੇਨਿੰਗ ਤੋਂ ਬਗੈਰ ਅਸੀਂ ਕਾਮਯਾਬ ਨਹੀਂ ਹੋ ਸਕਦੇ। ਜੇ ਅਸੀਂ ਓਲੰਪਿਕ ਦਾ ਮੈਡਲ ਜਿੱਤਣਾ ਤਾਂ ਸਾਨੂੰ ਮਾਹੌਲ ਇਹੋ ਜਿਹਾ ਚਾਹੀਦਾ ਆ, ਪਰਿਵਾਰ ਨਾਲ ਹੋਵੇ, ਉਦੋਂ ਬਾਅਦ ਯਾਰ ਦੋਸਤ ਨਾਲ ਹੋਣ, ਉਦੋਂ ਬਾਅਦ ਮਤਲਬ ਇੱਦਾਂ ਦਾ ਗੌਰਮੈਂਟ ਹੀ ਮੁਹੱਈਆ ਕਰਾ ਸਕਦੀ ਹੈ ਇਹੋ ਜਿਹੇ ਸਿਸਟਮ ਨੂੰ, ਅਤੇ ਤਾਂ ਕਿ ਅਸੀਂ ਉਸ ਲੈਵਲ ਤੱਕ ਪਹੁੰਚ ਸਕੀਏ। ਇੱਥੇ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਗੌਰਮੈਂਟ ਦਾ ਕੋਈ ਵੀ ਉਤਸ਼ਾਹ ਕਰਨ ਵਾਲਾ ਨਹੀਂ ਗਾ। ਹੁਣ ਜੋਬ ਨਹੀਂ ਮਿਲਦੀ, ਮੈਂ ਚਲੋ ਮੈਂ ਆਪਣੀ ਗੱਲ ਦੱਸਦਾ, ਮੈਨੂੰ ਤਾਂ ਨਾਲ ਓਪਰਚੁਨਿਟੀ ਮਿਲਦੀ ਕਿ ਮੈਨੂੰ ਅਸ਼ਵਨੀ ਕੁਮਾਰ ਸਾਹਿਬ ਨੇ ਭਰਤੀ ਕਰ ਲਿਆ। ਉਦੋਂ ਬਾਅਦ ਮੈਂ ਪੰਜਾਬ ਪੁਲਿਸ 'ਚ ਆ ਗਿਆ। ਮੈਂ ਜਦੋਂ ਏਸ਼ੀਆ 'ਚੋਂ 76ਵੀਂ ਗੋਲਡ ਮੇਰਾ ਗੋਲਡ ਮੈਡਲ ਸੀ, ਉਦੋਂ ਨਹੀਂ ਮੈਨੂੰ ਕਿਸੇ ਨੇ ਪੁੱਛਿਆ। ਇਹ 86 ਦੇ ਵਿੱਚ ਇੱਕੋ ਇੱਕੋ ਹਿੰਦੁਸਤਾਨ ਦਾ ਗੋਲਡ ਆਇਆ ਸੀ ਅਤੇ ਉਹ ਆਪਣਾ ਸੀ। ਉਦੋਂ ਮੈਨੂੰ DSP ਬਣਾਇਆ, ਉਦੋਂ ਮੈਨੂੰ ਬਾਅਦ 'ਚ SP ਬਣ ਗਿਆ। ਮੈਨੂੰ ਓਪਰਚੁਨਿਟੀਆਂ ਮਿਲਦੀਆਂ ਗਈਆਂ। ਜੇ ਤੁਸੀਂ ਕਹਿੰਦੇ ਜੇ ਵੀ ਇਹ ਨਿਰੀ ਡੈਡੀਕੇਸ਼ਨ ਨਾਲ ਹੀ ਹੋਊਗਾ, ਨਹੀਂ, ਇਹ ਗੌਰਮੈਂਟ ਨੂੰ ਚਾਹੀਦਾ ਕਿ ਉਹ ਮਾਹੌਲ ਬਣਾਵੇ ਸਕੂਲਾਂ 'ਚ, ਕਾਲਜਾਂ 'ਚ। ਜਿੱਦਾਂ ਵਿੰਗ ਚੱਲਦੇ ਸੀ ਉਹ ਚੱਲਣ, ਉਹ ਬੰਦ ਹੋ ਗਏ ਆ। ਹੋਰ ਸਿਸਟਮ ਕਈ ਤਰ੍ਹਾਂ ਦੇ ਬੰਦ ਹੋ ਗਏ ਆ ਜਿਹੜੇ ਕਿ ਬੱਚਿਆਂ ਨੂੰ ਪ੍ਰੇਰਿਤ ਨਾ ਦਿੱਤੇ ਆ। ਇਹ ਜੋਬ ਨਹੀਂ ਮਿਲ ਰਹੀ, ਪਿੱਛੇ ਪਿੱਛੇ ਫਿਰਦੇ ਆ ਬੱਚੇ। ਸਾਡੇ 200 ਪਲੇਅਰ ਭਰਤੀ ਕੀਤਾ ਆ, ਲੇਕਿਨ 4 ਸਾਲ ਹੋ ਗਏ ਆ ਉਹਨਾਂ ਨੂੰ ਨਹੀਂ, DSP ਭਰਤੀ ਹੋ ਗਏ, SI ਭਰਤੀ ਹੋ ਗਏ, ਜਿਹੜੇ ਉਹਨਾਂ ਨੂੰ ਕਰ ਲਿਆ, ਜਿਹੜੇ ਸਿਪਾਹੀਆਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਗਾ। ਉਸ ਉਹਦੇ ਵਿੱਚ ਸਾਡੇ ਬੱਚੇ ਇੰਟਰਨੈਸ਼ਨਲ ਆ, ਅਸੀਂ ਕੀ ਚਾਹੁੰਦੇ ਉਹਨਾਂ ਤੋਂ ਵੀ ਸਾਨੂੰ ਉਹ ਕਦੋਂ ਰਿਜ਼ਲਟ ਦੇਣਗੇ। ਉਹ ਨਾ ਉਹਨਾਂ ਦੀ ਉਮਰ ਨਿਕਲ ਗਈ ਆ, 4 ਸਾਲ ਤੋਂ ਬਾਅਦ ਉਹ ਓਵਰੇਜ ਹੋ ਜਾਣਗੇ, ਅਤੇ ਉਹਨਾਂ ਕਿਸੇ ਨਹੀਂ ਪੁੱਛਣਾ। ਇਸ ਕਰਕੇ ਸਾਡਾ ਹਰ ਇੱਕ ਆਪਣਾ ਭਵਿੱਖ ਸਕੋਰ ਕਰਨਾ ਚਾਹੁੰਦਾ ਆ ਕਿ ਮੈਨੂੰ ਕੁਝ ਮੇਰਾ ਪਰਿਵਾਰ ਸਕੋਰ ਹੋਵੇ, ਮੇਰਾ ਅਗਾਂਹ ਆਉਣਾ ਜਿਹੜਾ ਭਵਿੱਖ ਆ ਮੈਨੂੰ ਸੌਖਾ ਰਹੂੰਗਾ। ਅਤੇ ਉਹਦੇ ਲਈ ਜੋਬ, ਉਹਦੇ ਲਈ ਪੈਸਾ, ਉਹਦੇ ਲਈ ਸਾਰਾ ਕੁਝ ਚਾਹੀਦਾ ਜੀ।
ਠੀਕ ਹੈ ਭਵਾਨ ਜੀ, ਤੁਹਾਨੂੰ ਤੁਹਾਡੀ ਗੱਲਾਂ ਕਾਫੀ ਹੱਦ ਤੱਕ ਆਪਾਂ ਕਰੀਏ, ਨਾਲੇ ਕੰਟੀਨਿਊ ਕਰਦੇ ਹਾਂ, ਪਹਿਲਾਂ ਲੈ ਲਈਏ ਛੋਟੀ ਜਿਹੀ ਬ੍ਰੇਕ। ਵੈਲਕਮ ਬੈਕ ਜੀ। ਸੋ ਗੱਲਬਾਤ ਕਰ ਰਹੇ ਸੀ ਹਾਂ ਕਰਤਾਰ ਸਿੰਘ ਪਹਿਲਵਾਨ ਹੋਣਾ ਨਾਲ, ਅਤੇ ਜਿੱਦਾਂ ਮੈਂ ਕਿਹਾ ਕਿ ਬੜੀ ਦੇਣ ਆ ਪੰਜਾਬ ਨੂੰ, ਹਿੰਦੁਸਤਾਨ ਨੂੰ ਸਾਡੇ ਗੁਰੂਆਂ ਦੀ, ਜਿਹਦੇ ਵਿੱਚ ਸਭ ਤੋਂ ਅੱਗੇ ਆ ਪੜ੍ਹਾਈ ਐਜੂਕੇਸ਼ਨ, ਅਤੇ ਦੂਜੇ ਨੰਬਰ 'ਤੇ ਆ ਖੇਡਾਂ ਸਪੋਰਟਸ, ਖਾਸ ਕਰਕੇ ਭਲਵਾਨੀ। ਜੇ ਤੁਸੀਂ ਖਡੂਰ ਸਾਹਿਬ ਕਦੀ ਤੁਹਾਨੂੰ ਟਾਈਮ ਮਿਲੇ ਤਾਂ ਤੁਸੀਂ ਜ਼ਰੂਰ ਜਾਓ, ਜਾਂ ਅਲੱਗ ਅਲੱਗ ਅਖਾੜਿਆਂ ਵਿੱਚ ਜਾਣ ਦੀ ਕੋਸ਼ਿਸ਼ ਕਰੋ ਪੰਜਾਬ 'ਚ, ਕਿਉਂਕਿ ਉਹ ਗੁਰੂਆਂ ਦੀ ਦੇਣ ਹੈ ਸਾਨੂੰ, ਉਹਨੂੰ ਸੰਭਾਲੋ। ਮੈਂ ਨਹੀਂ ਕਹਿੰਦਾ ਕਿ ਤੁਹਾਨੂੰ ਕਿ ਆਪ ਅਖਾੜਾ ਸ਼ੁਰੂ ਕਰ ਲਓ, ਪਰ ਜੇ ਤੁਹਾਡਾ ਪਿੰਡ ਆ ਉਹਦੇ ਆਲੇ ਦੁਆਲੇ ਵੇਖੋ ਕਿਤੇ ਕੋਈ ਮੱਲ ਅਖਾੜਾ ਹੈਗਾ ਜਿੱਥੇ ਭਲਵਾਨ ਕੁਸ਼ਤੀ ਕਰਦੇ ਹੋਣ, ਅਤੇ ਜੇ ਤੁਸੀਂ ਉਹ ਚੀਜ਼ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਜੋ, ਮੈਂ ਅਗੇਨ ਪੈਸੇ ਦੇਣ ਵਿੱਚ ਕਦੀ ਵਿਸ਼ਵਾਸ ਨਹੀਂ ਰੱਖਦਾ, ਪਰ ਜਾਓ ਉੱਥੇ ਵੇਖੋ ਕਿ ਉਹਨਾਂ ਕੋਲ ਟ੍ਰੇਨਿੰਗ ਇਕੁਇਪਮੈਂਟ ਹੈਗੀ ਆ, ਉਹਨਾਂ ਕੋਲ ਜਿੰਮ ਦਾ ਸਮਾਨ ਹੈਗਾ, ਹੋ ਸਕਦਾ ਤੁਸੀਂ ਉਹਦੇ ਰਾਹੀਂ ਆਪਣਾ ਯੋਗਦਾਨ ਪਾ ਸਕੋ। ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਜਿਹੜੇ ਅਖਾੜੇ ਆ ਇਹ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਆ। ਸਾਡੇ ਆਪਦੇ ਪਿੰਡ ਵਿੱਚ ਇਹ ਚੀਜ਼ ਵੇਖਣ ਨੂੰ ਮਿਲਦੀ ਆ, ਬੜੇ ਐਸੇ ਨਿਆਣੇ ਜਿਹੜੇ ਡਰੱਗਸ ਵੱਲ ਜਾ ਸਕਦੇ ਉਸ ਟਾਈਮ 'ਤੇ ਜਦੋਂ 10 ਸਾਲ ਦੀ ਗੱਲ ਕਰਦੇ ਹਾਂ, ਪਰ ਉਹ ਆ ਕੇ ਅਖਾੜਿਆਂ 'ਚ ਘੁਲੇ ਅਤੇ ਉਹ ਮੁੰਡਿਆਂ ਨੇ ਵਿੱਚੋਂ ਬੜੇ ਪੁਲਿਸ 'ਚ ਭਰਤੀ ਹੋਏ, ਬੜੇ ਸੋਹਣੇ ਮੈਡਲ ਲੈ ਕੇ ਆਏ ਆ। ਸੋ ਜ਼ਰੂਰ ਜਦੋਂ ਵੀ ਤੁਸੀਂ ਪੰਜਾਬ ਜਾਂਦੇ ਹੋ ਆਪਣੇ ਆਲੇ ਦੁਆਲੇ ਜ਼ਰੂਰ ਵੇਖੋ, ਉਹ ਗੁਰੂਆਂ ਦੀ ਨਿਸ਼ਾਨੀ ਵੱਲ ਜ਼ਰੂਰ ਝਾਤੀ ਮਾਰੋ, ਅਖਾੜਿਆਂ ਵੱਲ ਝਾਤੀ ਮਾਰੋ। ਅਤੇ ਬਾਕੀ ਮੈਂ ਗੱਲ ਆਪਣੀ ਕੰਟੀਨਿਊ ਕਰਾਂਗਾ ਭਲਵਾਨ ਜੀ ਨਾਲ, ਅਤੇ ਵੱਡਾ ਜਿਹੜਾ ਮਸਲਾ ਭਲਵਾਨ ਜੀ ਇਹ ਆ ਕਿ ਹੁਣ ਪੰਜਾਬ ਜਿਹੜਾ ਉਹ ਹਰਿਆਣੇ ਤੋਂ ਬਹੁਤ ਪਿੱਛੇ ਰਹਿ ਗਿਆ। ਇੱਕ ਟਾਈਮ ਸੀ ਆਪਾਂ ਹਰਿਆਣੇ ਤੋਂ ਅੱਗੇ ਹਾਂ ਪੜ੍ਹਾਈ ਵਿੱਚ, ਜਿਹੜੇ IAS ਆਫਿਸਰਸ ਆ ਉਹ ਵੀ ਹਰਿਆਣੇ ਦੇ ਸਾਡੇ ਤੋਂ ਜ਼ਿਆਦਾ ਹੋ ਗਏ, ਜਿਹੜੇ ਸਪੋਰਟਸ ਵਿੱਚ ਆ ਸਾਡੇ ਮੈਡਲ ਕਾਊਂਟ ਆ ਉਹ ਹਰਿਆਣੇ ਤੋਂ ਬਹੁਤ ਜ਼ਿਆਦਾ ਪਿੱਛੇ ਹੋ ਗਿਆ। ਤੁਹਾਨੂੰ ਕੀ ਲੱਗਦਾ ਇਹਦਾ ਰੀਜ਼ਨ ਕੀ ਆ ਕਿ ਅਸੀਂ ਹਰਿਆਣੇ ਤੋਂ ਇੰਨਾ ਪਿੱਛੇ ਹੋ ਗਏ? ਰੀਜ਼ਨ ਇਹਦਾ ਹਮੇਸ਼ਾ ਹਰਿਆਣਾ ਸਾਡਾ ਛੋਟਾ ਭਰਾ ਰਿਹਾ ਆ, ਔਰ ਸਾਨੂੰ ਜੋ ਉਹੀ ਕੁਝ ਹਾਲਾਤ ਇੱਦਾਂ ਦੇ ਬਣ ਗਏ, ਸਾਨੂੰ ਸਪੋਰਟਸਮੈਨ ਬਣਾਉਣ ਲਈ ਸਾਨੂੰ ਉਹਦੇ ਸਿਸਟਮ ਚਾਹੀਦੇ ਆ, ਉਹਨੂੰ ਮਾਹੌਲ ਬਣਾਉਣਾ ਪੈਂਦਾ ਆ ਉਹਨੂੰ। ਉਹਨਾਂ ਦੀ ਹੁਣ ਉਹਨਾਂ ਨੇ ਗੌਰਮੈਂਟ ਨੇ ਬੜਾ ਟੈਲੈਂਟ ਲੱਭਿਆ, ਲੱਖਾਂ ਬੱਚੇ ਟੈਲੈਂਟ ਲੰਭ ਕੇ ਉਹਨਾਂ ਦੇ ਵਿੰਗ ਲਾਏ, ਉਹਨਾਂ ਨੂੰ ਅੱਗੇ ਕਾਲਜ ਦੇ ਵਿੱਚ ਸਕੂਲ 'ਚੋਂ ਕਾਲਜ 'ਚ ਆ ਗਏ, ਕਾਲਜ 'ਚੋਂ ਉੱਪਰ ਵਾਲੀ ਜਗ੍ਹਾ 'ਤੇ ਆ ਗਏ ਜਿੱਥੇ ਕੈਂਪਾਂ ਦੇ ਵਿੱਚ ਪਹੁੰਚੇ, ਨੈਸ਼ਨਲ ਲੈਵਲ ਦੇ ਪਲੇਅਰ ਬਣ ਗਏ। ਉਹਦੇ ਵਿੱਚ ਬਰਜਿੰਦਰ ਲੈ ਲਓ, ਜੋਗੇਸ਼ਰ ਦੱਤ ਲੈ ਲਓ, ਹੋਰ ਕਈ ਪਲੇਅਰ ਇੱਦਾਂ ਦੇ ਆਏ ਗਏ। ਸਾਡੇ ਉਹ ਗੱਲਾਂ ਸਾਡਾ ਮਾਹੌਲ ਥੋੜ੍ਹਾ ਇੱਦਾਂ ਦਾ ਹੋ ਗਿਆ ਕਿ ਸਾਨੂੰ ਉਹ ਅਪਰਚੁਨਿਟੀਆਂ ਮਿਲੀਆਂ ਹੀ ਨਹੀਂ। ਪਹਿਲਾਂ ਪੁਲਿਸ ਦੇ ਵਿੱਚ ਪੁਲਿਸ ਦੀ ਟੀਮ ਕੱਢ ਲਓ ਅਤੇ ਪੰਜਾਬ 10% ਰਹਿ ਜਾਂਦਾ ਸੀ। ਇਹ ਜਦੋਂ ਵੀ ਅਫਸਰ ਚੰਗੇ ਆਏ, ਜਿੱਦਾਂ ਪਹਿਲਾਂ ਸ਼੍ਰੀ ਕੁਮਾਰ ਸਾਹਿਬ ਸੀ, ਉਸ ਤੋਂ ਬਾਅਦ ਸਰਦਾਰ ਬਰਜਿੰਦਰ ਸਿੰਘ ਸਿੱਧੂ ਸੀ, ਉਹ ਆਏ, ਉਹਨਾਂ ਨੇ ਪੰਜਾਬ ਦੀਆਂ ਟੀਮਾਂ ਨੂੰ ਉੱਪਰ ਲਿਆਂਦਾ। ਉਸ ਤੋਂ ਬਾਅਦ ਸਰਦਾਰ ਮਹਿਲ ਸਿੰਘ ਭੁੱਲਰ, ਸਰਦਾਰ ਆਰਸ ਗਿੱਲ ਸਾਹਿਬ, ਮਤਲਬ ਇਹੋ ਜਿਹੇ ਅਫਸਰ ਆਏ ਅਤੇ ਇਹਨਾਂ ਨੇ ਪੰਜਾਬ ਦੀ ਸਪੋਰਟਸ ਨੂੰ ਬੜਾ ਉੱਪਰ ਚੁੱਕਿਆ। ਇਹ ਗੌਰਮੈਂਟ ਨੇ ਕੋਈ ਸਿਸਟਮ ਨਹੀਂ ਬਣਾਇਆ ਕਿ ਉਹਨਾਂ ਨੂੰ ਆਹ ਬੱਚਾ ਅਚੀਵ ਕਰੇ, ਤੈਨੂੰ ਆਹ ਜੋਬ ਮਿਲ ਜੇ, ਜੇ ਉਹ ਆਹ ਕੁਝ ਕਰਦਾ ਆ ਤਾਂ ਉਹਨੂੰ ਆਹ ਮਿਲ ਜੇ। ਇਹ ਬੜਾ ਜ਼ਰੂਰੀ ਆ, ਕਿਉਂ ਅਸੀਂ ਆਮ ਪਰਿਵਾਰ 'ਚ ਆਉਣੇ ਹਾਂ। ਅਤੇ ਇਹ ਹਰਿਆਣਾ ਇਹ ਕੰਮ ਕਰ ਗਿਆ ਆ, ਉਹਨਾਂ ਨੇ ਸਾਰੇ DSP ਬਣਾ ਤੇ, ਸਬ ਇੰਸਪੈਕਟਰ ਬਣਾ ਤੇ, ਕਈ ਉਹਨਾਂ ਨੇ ਮਾਹੌਲ ਪੈਦਾ ਕਰਤਾ, ਹੋਰ ਵੀ ਦਾਇਰਿਆਂ ਦੇ ਵਿੱਚ ਉਹਨਾਂ ਨੇ ਜੋਬਾਂ ਦਿੱਤੀਆਂ। ਅਤੇ ਉਹਨਾਂ ਨੇ ਪਹਿਲਾਂ ਹੀ ਉਹਨਾਂ ਦੇ ਕੋਚਿਜ ਹੈਗੇ ਸੀ, ਉਦੋਂ 2097 ਦੇ ਵਿੱਚ ਉਹਨਾਂ ਨੇ 500 ਕੋਚ ਨਵਾਂ ਰੱਖਿਆ, ਕਿਉਂ ਸਾਡੇ ਪੰਜਾਬ ਦੇ ਵਿੱਚ ਪਹਿਲਾਂ ਜਿਹੜਾ ਡਿਪਾਰਟਮੈਂਟ ਚੱਲਦਾ ਸੀ ਸਪੋਰਟਸ, ਮੈਂ ਡਾਇਰੈਕਟਰ ਸਪੋਰਟਸ ਰਿਹਾ ਹਾਂ, ਜਿੱਥੇ ਟੀਚਰ ਨਹੀਂ ਗਾ ਉੱਥੇ ਬੱਚਾ ਕਿੱਥੇ ਪੜੂਗਾ, ਜਿੱਥੇ ਕੋਚ ਹੀ ਨਹੀਂ ਗਾ ਤਾਂ ਉੱਥੇ ਬੱਚਾ ਕਿੱਦਾਂ ਸਿੱਖੂਗਾ ਜਾ ਕੇ? ਇਹੋ ਜਿਹਾ ਕੰਮ ਤਾਂ ਗੌਰਮੈਂਟ ਹੀ ਕਰ ਸਕਦੀ ਆ ਨਾ, ਇਹ ਮਾਹੌਲ ਬਣਾਉਣਾ ਪੈਂਦਾ ਆ। ਅਸੀਂ ਹਰਿਆਣਾ ਤਾਂ ਹਮੇਸ਼ਾ ਸਾਡਾ ਛੋਟਾ ਵੀਰ ਰਿਹਾ, ਅਤੇ ਬਿਲਕੁਲ ਉਹ 'ਚ ਕੋਈ ਤਰੱਕੀ, ਜਦੋਂ ਮੈਂ ਕਾਮਨਵੈਲਥ ਗੇਮਸ ਹੋਏ 2010 ਦੇ ਵਿੱਚ, ਉਦੋਂ ਮੈਂ ਸੈਕਟਰੀ ਜਨਰਲ ਵੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ, ਅਤੇ 1 ਨਵੰਬਰ ਨੂੰ ਇੱਦਾਂ ਹੀ ਮੈਨੂੰ ਪੁੱਛਦੇ ਸੀ ਵੀ ਹਰਿਆਣਾ ਅੱਗੇ ਐਡਵਾਂਸ 'ਚ ਲੱਗਿਆ। ਮੈਂ ਜੀ ਹਰਿਆਣਾ ਅਜੇ ਤੱਕ ਤਾਂ ਪੰਜਾਬ ਤੋਂ ਹੀ ਉੱਪਰ ਗਿਆ ਸੀ, ਅਤੇ 1 ਨਵੰਬਰ ਨੂੰ ਸਾਰਿਆਂ ਦਾ ਵੱਡਾ ਭਰਾ ਬਣ ਜਾਣਾ। ਉਹਦੇ ਕਿਉਂ? ਮੈਂ ਜੀ ਉੱਥੇ ਉਹਨਾਂ ਸਟੇਡੀਅਮ ਦੇ ਵਿੱਚ ਉਹਨਾਂ ਨੂੰ ਪੈਸੇ ਦੇ ਰਹੇ ਆ, ਓਲਡੀ ਕਾਰਾਂ ਦੇ ਰਹੇ ਪਲੇਅਰਾਂ ਨੂੰ, ਜਿਹੜੇ ਗੋਲਡ ਮੈਡਲ, ਜਿਹੜੇ ਦੂਸਰੇ ਉਹ ਛੋਟੀ ਕਾਰ ਦੇ ਰਹੇ ਆ, ਉਹਨਾਂ 11 ਬੰਦਾ ਇਕੱਠਾ ਕਰਕੇ ਸਟੇਡੀਅਮ ਦੇ ਵਿੱਚ ਇਹੋ ਜਿਹੇ ਓਨਰ ਕੀਤੇ ਆ। ਹਰ ਇੱਕ ਓਨਰ ਚਾਹੁੰਦਾ ਆ, ਹਰ ਇੱਕ ਆਪਣਾ ਸਿਸਟਮ ਚਾਹੁੰਦਾ ਆ, ਤਾਂ ਹੀ ਇਹੋ ਜਿਹੀਆਂ ਪ੍ਰਾਪਤੀਆਂ ਹੁੰਦੀਆਂ, ਅਦਰਵਾਈਜ਼ ਨਹੀਂ ਹੁੰਦੀਆਂ।
ਪਲਵਾਨ ਜੀ ਮੈਂ ਤੇ ਤੁਹਾਨੂੰ ਇਹੋ ਕਹੂੰਗਾ ਕਰਨਾ ਤੁਹਾਨੂੰ ਪੈਣਾ ਕਿਉਂਕਿ ਵੇਖੋ ਡਾਇਰੈਕਟਰ ਸਪੋਰਟਸ ਵੀ ਤੁਸੀਂ ਰਹੇ ਮਕਾਮ ਵੀ ਤੁਸੀਂ ਪਜਾ ਹੁਣ ਪੋਲੀਟਿਕਸ ਵਿੱਚ ਵੀ ਤੁਸੀਂ ਆ ਗਏ ਜੋ ਭਾਵੇਂ ਉਹ ਤੁਹਾਨੂੰ ਲਿਆਇਆ ਗਿਆ ਤੁਸੀਂ ਆਪਣੀਆਂ ਅਜਿਹੀਆਂ ਵੇਖੀਆਂ ਇੱਥੇ ਜੋ ਕਮੀਆਂ ਨੇ ਉਹਨਾਂ ਨੂੰ ਦੂਰ ਕਰਨ ਲਈ ਆਏ ਜੋ ਪਰ ਜੇ ਤੁਸੀਂ ਆ ਗਏ ਜੋ ਤਾਂ ਤੁਹਾਨੂੰ ਹੀ ਸੰਭਾਲਣਾ ਪੈਣਾ ਹੁਣ ਵੇਖੋ ਜੇ ਵੇਖਿਆ ਜਾਵੇ ਕਿ ਇੰਡੀਆ ਦੇਸ਼ ਉਹਦਾ ਜਿਹੜਾ ਸਪੋਰਟਸ ਦਾ ਜਿਹੜਾ ਅਸੀਂ ਰੱਖਦੇ ਹਾਂ ਪੈਸੇ ਰੱਖਦੇ ਹਾਂ 1/5 ਆਫ ਯੂਕੇ ਆ ਹੁਣ ਯੂਕੇ ਦੀ ਆਬਾਦੀ ਅਤੇ ਇੰਡੀਆ ਦੀ ਆਬਾਦੀ ਵੇਖ ਲਓ ਅਤੇ ਉਹ ਜਿਹੜਾ ਪੇਪਰਾਂ 'ਚ ਆਉਂਦਾ ਵਾ ਅੱਗੇ ਕਿੰਨਾ ਕੁ ਮਿਲਦਾ ਉਹ ਤਾਂ ਆਪਾਂ ਨੂੰ ਪਤਾ ਹੀ ਆ ਸੋ ਤੁਹਾਡੇ ਵਰਗੇ ਲੋਕਾਂ ਨੂੰ ਜਿਹੜੇ ਮੈਂ ਵਿਸ਼ਵਾਸ ਰੱਖਦਾ ਤੁਹਾਡੇ ਵਿੱਚ ਜਿਹੜੇ ਤੁਹਾਡੇ ਵਰਗੇ ਲੋਕ ਮੈਂ ਇਸ ਲਈ ਆ ਜਿਹੜਾ ਸ਼ੋਅ ਹੀ ਅਸੀਂ ਇਸ ਲਈ ਕਰ ਰਹੇ ਹਾਂ ਕਿ ਤੁਹਾਨੂੰ ਆਪਣੇ ਜਿਹੜੇ ਆਡੀਅੰਸ ਆ ਸਾਡੇ ਅਮੈਰੀਕਾ ਦੇ ਸਾਡੇ ਕੈਨੇਡਾ ਦੇ ਉਹਨਾਂ ਨੂੰ ਮਿਲਾ ਸਕੀਏ ਕਿ ਵੇਖੋ ਇੱਕ ਇਨਸਾਨ ਪਿੰਡੋਂ ਉੱਠ ਕੇ ਕਿੱਡੇ ਵੱਡੇ ਮੁਕਾਮ ਤੱਕ ਪਹੁੰਚ ਗਿਆ ਅਤੇ ਉਹ ਹੀ ਬੰਦਾ ਸਾਡੇ ਜਿਹੜੇ ਬਾਕੀ ਪਿੰਡਾਂ ਦੇ ਭਰਾ ਆ ਉਹਨਾਂ ਨੂੰ ਨਾਲ ਆਪਣੇ ਉਠਾ ਸਕਦਾ ਸੋ ਤੁਹਾਨੂੰ ਹੀ ਕਰਨਾ ਪੈਣਾ ਬਾਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕੀ ਅਜੇ ਤੱਕ ਤੁਸੀਂ ਕੀਤਾ ਜਾਂ ਕੀ ਤੁਹਾਡੇ ਪਲਾਨਸ ਨੇ ਫਿਊਚਰ ਦੇ ਬਿਲਕੁਲ ਅਸੀਂ ਜੋ ਮੈਂ ਕਰਨਾ ਚਾਹੁੰਦਾ ਸੀ ਮੈਂ ਕਰ ਨਹੀਂ ਚੱਲਿਆ ਮੈਂ ਮਤਲਬ ਮੇਰਾ ਅਜੇ ਜੋ ਮੈਂ ਚਾਹੁੰਦਾ ਸੀ ਡਾਇਰੈਕਟਰ ਸਪੋਰਟਸ ਹੁੰਦਿਆਂ ਹੋਇਆਂ ਵੀ ਮੈਂ ਰਿਕੁਐਸਟ ਹੀ ਕਰ ਸਕਦਾ ਸੀ ਗੌਰਮੈਂਟ ਨੂੰ ਮੈਂ ਹਮੇਸ਼ਾ ਪਲੇਅਰਾਂ ਦੇ ਨਾਲ ਰਿਹਾ ਮੈਂ ਕੋਚਿਸ ਦੇ ਨਾਲ ਰਿਹਾ ਇਹਨਾਂ ਨਾਲ ਖੜਾ ਹੁੰਦਾ ਰਿਹਾ ਹਾਂ ਔਰ ਗੌਰਮੈਂਟ ਦੇ ਬਰਖਲਾਫ ਉਦੋਂ ਵੀ ਮੈਂ ਕਹਿੰਦਾ ਰਿਹਾ ਬੇਨਤੀ ਕਰਦਾ ਰਿਹਾ ਵੀ ਨਹੀਂ ਸਾਨੂੰ ਆਹ ਚੀਜ਼ਾਂ ਚਾਹੀਦੀਆਂ ਇਹਦੇ ਬਗੈਰ ਗੁਜ਼ਾਰਾ ਨਹੀਂ ਹੋ ਸਕਦਾ ਫਿਰ ਕੋਈ ਹੋਰ ਤਰ੍ਹਾਂ ਦੀ ਕੋਈ ਫੰਡਸ ਨਹੀਂ ਹੈਗੇ ਵੀ ਜਿਹੜੀਆਂ ਐਸੋਸੀਏਸ਼ਨਾਂ ਚੱਲਦੀਆਂ ਆ ਉਹ ਵੀ ਉਹਨਾਂ ਨੂੰ ਕੋਈ ਗਰਾਂਟ ਨਹੀਂ ਕੋਈ ਮਤਲਬ ਕਈ ਸਿਸਟਮ ਆ ਸਪੋਰਟਸ ਨੂੰ ਚਲਾਉਣ ਵਾਸਤੇ ਨਾ ਕਈ ਕੁਛ ਕਰਨਾ ਪੈਂਦਾ ਕਰਨਾ ਚਾਹੀਦਾ ਵੀ ਸਾਡੇ ਅਸੀਂ ਸਾਡੀ ਗੌਰਮੈਂਟ ਇਗਨੋਰ ਕਰ ਛੱਡਦੀ ਆ ਅਤੇ ਵੀ ਨਹੀਂ ਇਹੋ ਜਿਹੀਆਂ ਅਪਰਚੁਨਿਟੀਆਂ ਦਿੱਤੀਆਂ ਅਤੇ ਇਸ ਕਰਕੇ ਸਾਡੇ ਦੂਸਰੇ ਸਟੇਟ ਨੂੰ ਅਪਰਚੁਨਿਟੀਆਂ ਮਿਲੀਆਂ ਅਤੇ ਉਹ ਸਾਥੋਂ ਅੱਗੇ ਚੱਲ ਗਏ ਆ ਇਹ 'ਚ ਕੋਈ ਦੋ ਰਾਏ ਨਹੀਂ ਗਈ ਅਤੇ ਅਸੀਂ ਫਿਰ ਵੀ ਪੰਜਾਬ ਕੁਸ਼ਤੀ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਪੰਜਾਬ ਕੁਸ਼ਤੀ ਦੇ ਸੰਸਥਾ ਦੇ ਮੈਂ ਕਾਫੀ ਦੇਰ ਤੋਂ ਪ੍ਰਧਾਨ ਆ ਔਰ ਮੇਰੇ ਸਾਡੇ ਜਿਹੜੇ ਸਾਥੀ ਆ ਉਹ ਕੋਚ ਆ ਜਾਂ ਪਲੇਅਰ ਆ ਜਾਂ ਪਹਿਲਵਾਨ ਨੇ ਅਸੀਂ ਉਪਰਾਲਾ ਕਰ ਰਹੇ ਹਾਂ ਹੁਣ ਵੀ ਅਸੀਂ ਨੈਸ਼ਨਲ ਕਰਾ ਕੇ ਹਟੇ ਹਾਂ ਨੰਬਰ ਦੇ ਵਿੱਚ ਅਤੇ ਉਹਦੇ ਵਿੱਚੋਂ ਵੀ ਵੀ ਗੌਰਮੈਂਟ ਵੱਲੋਂ ਸਾਨੂੰ ਕੋਈ ਖਾਸ ਸਹਿਯੋਗ ਨਹੀਂ ਮਿਲਿਆ ਅਤੇ ਉਹਦੇ ਵਿੱਚ 40-45 lakh ਦਾ ਖਰਚਾ ਆ ਅਸੀਂ ਇਹੋ ਜਿਹੇ ਟੂਰਨਾਮੈਂਟ ਕਰਾਏ ਆ ਜੀ ਸ਼ਹੀਦ ਭਗਤ ਸਿੰਘ ਕਰਕੇ ਜਿੱਥੇ 15-15 ਕੰਟਰੀ ਆਏ ਆ ਅਸੀਂ ਉੱਥੇ ਇਹਨਾਂ ਬੱਚਿਆਂ ਨੂੰ ਦਿਖਾਉਣਾ ਚਾਹੁੰਦੇ ਸੀ ਵੀ ਆਹ ਦੇਖੋ ਇੱਥੇ ਸਾਡੇ ਘਰ ਪਰਿਵਾਰ 'ਚ ਜਦੋਂ ਵਿਆਹ ਹੁੰਦਾ ਨਾ ਫਿਰ ਸਾਰੇ ਤਿਆਰ ਹੁੰਦੇ ਆ ਅਤੇ ਇਸ ਕਰਕੇ ਅਸੀਂ ਉਹਨਾਂ ਨੂੰ ਤਿਆਰ ਕਰਦੇ ਰਹੇ ਹਰ ਸਾਲ ਤਿਆਰ ਕਰਦੇ ਹਾਂ ਅਜੇ ਤੱਕ ਵੀ ਅਸੀਂ ਉਹ ਟੂਰਨਾਮੈਂਟ ਕਰਾਉਂਦੇ ਹਾਂ ਬੱਚੇ ਵੇਖਣ ਉੱਪਰ ਆਉਣ ਅਤੇ ਸਾਡੀ ਉਹੀ ਉੱਥੇ ਗੱਲ ਉੱਥੇ ਹੀ ਆ ਕੇ ਟਿਕਦੀ ਆ ਕਿ ਸਾਨੂੰ ਗੌਰਮੈਂਟ ਤੋਂ ਬਗੈਰ ਅਸੀਂ ਹੁਣ ਜਿਹੜਾ ਅਸੀਂ ਹੁਣ ਮੈਂ ਜਿਹੜਾ ਲੋਕਡਾਊਨ ਦੇ ਦੌਰਾਨ ਸੋਚਿਆ ਆ ਬੜਾ ਦੁਨੀਆ ਬੱਚੇ ਪੜ੍ਹ ਨਹੀਂ ਜਾ ਰਹੇ ਸਕੂਲਾਂ 'ਚ ਨਹੀਂ ਜਾ ਰਹੇ ਉਹ ਘਰ ਬੈਠੇ ਤੰਗ ਨੇ ਜਿਹੜੇ ਵੱਡੇ ਆ ਉਹ ਵੀ ਤੰਗ ਨੇ ਅਤੇ ਮੈਂ ਹੁਣ ਚਾਹੁੰਦਾ ਕਿ ਇੱਕ ਮਾਹੌਲ ਇੱਦਾਂ ਦਾ ਬਣਾਇਆ ਜਾਵੇ ਜਿੱਥੇ ਗਰਾਊਂਡ ਦੇ ਵਿੱਚ ਬੱਚੇ ਖੇਲਣ ਬੱਚੇ ਡਾਂਸ ਕਰਨ ਬੱਚੇ ਭੰਗੜਾ ਪਾਉਣ ਗਿੱਧਾ ਪਾਉਣ ਇਹ ਪੰਜਾਬ ਦਾ ਫਿਟਨੈਸ ਮਾਹੌਲ ਬਣਾਉਣਾ ਚਾਹੁੰਦਾ ਹਾਂ ਅਸੀਂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਇੱਦਾਂ ਦਾ ਪ੍ਰੋਗਰਾਮ ਚਲਾ ਰਹੇ ਹਾਂ ਅਤੇ ਵੇਖੋ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜਾਗਰੂਕ ਕਰ ਰਹੇ ਹਾਂ ਸੋ ਮੈਂ ਪਹਿਲਾਂ ਦਰਸ਼ਕਾਂ ਨੂੰ ਦੱਸਦਾ ਕਿ ਜਿਹੜੀ ਇਹਨਾਂ ਦੀ ਔਰਗਨਾਈਜੇਸ਼ਨ ਪਹਿਲਾਂ ਤਾਂ ਨਾਮ ਹੀ ਇੰਨਾ ਸੋਹਣਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਦੇ ਨਾਮ ਦੇ ਉੱਤੇ ਅਤੇ ਜਿਹੜੇ ਪ੍ਰੋਗਰਾਮ ਦੀ ਭਲਵਾਨ ਜੀ ਗੱਲ ਕਰਦੇ ਆ ਅਨੰਦਪੁਰ ਸਾਹਿਬ ਵਿੱਚ ਮੇਲਾ ਹੁੰਦਾ ਹੋਲੇ ਮਹੱਲੇ ਦੇ ਦਰਮਿਆਨ ਬਹੁਤ ਹੀ ਚੜ੍ਹਦੀ ਕਲਾ ਨਾਲ ਉੱਥੇ ਖੇਡ ਮੇਲਾ ਹੁੰਦਾ ਭਲਵਾਨੀ ਕੁਸ਼ਤੀ ਉੱਥੇ ਹੁੰਦੀ ਮੈਟ ਦੀ ਅਤੇ ਬਹੁਤ ਹੀ ਸੋਹਣੇ ਇਨਾਮ ਮਿਲਦੇ ਨੇ ਭਲਵਾਨਾਂ ਨੂੰ ਉਹ ਭਲਵਾਨ ਜੀ ਆਪ ਕਰਾਉਂਦੇ ਆ ਇਹਨਾਂ ਦੀ ਆਪ ਦੀ ਸੰਸਥਾ ਕਰਾਉਂਦੀ ਆ ਸੋ ਉਸ ਸੰਸਥਾ ਬਾਰੇ ਆਪਾਂ ਜਾਣਾਂਗੇ ਅਗਲੀ ਐਪੀਸੋਡ ਦੇ ਵਿੱਚ ਕੀ ਭਲਵਾਨ ਜੀ ਦੀ ਦੇਣ ਆ ਪੰਜਾਬ ਨੂੰ ਐਸ ਫਾਰ ਐਸ ਭਲਵਾਨੀ ਕਿਉਂਕਿ ਸਾਨੂੰ ਪਤਾ ਅਸੀਂ ਜੇ ਸਾਡੇ ਅਖਾੜੇ ਲਈ ਸਾਨੂੰ ਕਦੀ ਕੁਛ ਚਾਹੀਦਾ ਸਾਨੂੰ ਕਦੀ ਸਾਡੇ ਪਿੰਡ ਲਈ ਚਾਹੀਦਾ ਤਾਂ ਅਸੀਂ ਭਲਵਾਨ ਜੀ ਕੋ ਸਦਾ ਆ ਜਾਂਦੇ ਹਾਂ ਅਤੇ ਔਰ ਬੜੇ ਖੁਸ਼ ਦਿਲ ਆ ਜੋ ਵੀ ਸਾਨੂੰ ਚਾਹੀਦਾ ਹੁੰਦਾ ਜੇ ਨਹੀਂ ਸਰਕਾਰ ਵੱਲੋਂ ਲੈ ਕੇ ਦੇ ਸਕਦੇ ਪਰ ਜ਼ਰੂਰ ਇਹ ਆ ਕਿ ਸੱਚਾਈ ਦੇ ਨਾਲ ਸਾਡਾ ਹਰ ਇੱਕ ਚੀਜ਼ ਹਰ ਇੱਕ ਸਵਾਲ ਦਾ ਉਹ ਸਾਨੂੰ ਆਂਸਰ ਦਿੰਦੇ ਆ ਸੋ ਮੈਂ ਤਾਂ ਹਰ ਇੱਕ ਨੂੰ ਕਹੂੰਗਾ ਜਿਹੜੇ ਸਾਡੇ ਐੱਨ ਆਰ ਆਈ ਵੀਰ ਨੇ ਕਿ ਜਦੋਂ ਤੁਸੀਂ ਆਪਣੇ ਪਿੰਡਾਂ ਵਿੱਚ ਆਉਂਦੇ ਜੋ ਤੁਹਾਨੂੰ ਪਤਾ ਕਿ ਅਮੈਰੀਕਾ ਵਿੱਚ ਵੀ ਜਾਂ ਕੈਨੇਡਾ ਵਿੱਚ ਵੀ ਜਿੰਨੇ ਵੀ ਕੋਚਿਸ ਆ ਸਦਾ ਸਰਕਾਰ ਹੀ ਨਹੀਂ ਸਾਰਾ ਕੁਝ ਕਰ ਸਕਦੀ ਆਮ ਇਨਸਾਨ ਨੂੰ ਵੀ ਕੁਛ ਸਟੈਪ ਲੈਣੇ ਪੈਂਦੇ ਆ ਹੁਣ ਅਸੀਂ ਸਾਡੀਆਂ ਲੀਗਸ ਨੇ ਉੱਥੇ ਅਸੀਂ ਵਾਲੰਟੀਅਰ ਕਰਦੇ ਹਾਂ ਟਾਈਮ ਅਸੀਂ ਐਜ਼ ਅ ਕੋਚਿੰਗ ਦਿੰਦੇ ਹਾਂ ਰੈਸਲਿੰਗ ਵਿੱਚ ਮੇਰਾ ਬ੍ਰਦਰ ਆਪ ਜਾ ਕੇ ਛੋਟੇ ਬੱਚਿਆਂ ਨੂੰ ਸਿਖਾਉਂਦੇ ਆ ਫਰੀ ਆਫ ਕੋਸਟ
ਸੋ ਜਦੋਂ ਤੁਸੀਂ ਆਪਣੇ ਪਿੰਡਾਂ ਵਿੱਚ ਜਾਂਦੇ ਜੋ ਜ਼ਰੂਰ ਕੋਈ ਕਿੱਟਸ ਨਾਲ ਲੈ ਕੇ ਜਾਓ, ਕੋਈ ਯੂ ਨੋ ਜਿਹੜੀ ਵੀ ਤੁਹਾਡੀ ਇੰਟਰਸਟ ਦੀ ਸਪੋਰਟ ਹੈ। ਮੈਂ ਜਿੱਦਾਂ ਕਿਹਾ ਭਲਵਾਨੀ ਸਾਡੇ ਗੁਰੂਆਂ ਦੀ ਦੇਣ ਆ, ਪਰ ਹੋ ਸਕਦਾ ਤੁਸੀਂ ਕ੍ਰਿਕਟ ਨੂੰ ਪਸੰਦ ਕਰਦੇ ਹੋ, ਸੌਕਰ ਨੂੰ ਪਸੰਦ ਕਰਦੇ ਹੋ, ਤੁਸੀਂ ਉਹ ਕਿੱਟ ਆਪਣੇ ਪਿੰਡ ਵਿੱਚ ਵੰਡ ਕੇ ਆਓ, ਸਕੂਲੇ ਜਾ ਕੇ ਵੰਡ ਕੇ ਆਓ, ਨਾਲੇ ਕੋਈ ਤੁਸੀਂ ਯੂਨੀਫਾਰਮ, ਉਹਦੇ ਨਾਲ ਉਹਨਾਂ ਨੂੰ ਲੋਕ ਜਿਹੜੇ ਨਿਆਣੇ ਆ ਉਤਸ਼ਾਹਿਤ ਹੋਣਗੇ, ਅਤੇ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਮੇਰਾ ਇਹ ਮੇਰਾ ਮਕਸਦ ਹੀ ਇਹ ਸੀ ਭਲਵਾਨ ਜੀ ਨੂੰ ਇੱਥੇ ਅੱਜ ਸ਼ੋਅ ਦੇ ਵਿੱਚ ਲੈ ਕੇ ਆਉਣ ਦਾ, ਕਿ ਤੁਹਾਨੂੰ ਇੱਕ ਹੋਰ ਚੰਗੇ ਇਨਸਾਨ ਨਾਲ ਇੰਟਰੋਡਿਊਸ ਕੀਤਾ ਜਾਵੇ। ਅਤੇ ਮਿਲਦੇ ਹਾਂ ਨੈਕਸਟ ਵੀਕ ਅਨਦਰ ਐਪੀਸੋਡ 'ਤੇ। ਸਤਿ ਸ਼੍ਰੀ ਅਕਾਲ।